ਫਰੀਦਕੋਟ ਵਿਖੇ ਹਰ ਸਾਲ ਕਰਵਾਏ ਜਾਂਦੇ ਬਾਬਾ ਫਰੀਦ ਆਗਮਨ ਪੁਰਬ ਦੇ ਚੌਥੇ ਦਿਨ ਲੜਕੀਆਂ ਅਤੇ ਲੜਕਿਆਂ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ। ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿੱਚੋਂ ਪਟਿਆਲਾ ਪੈਂਥਰ, ਜਲੰਧਰ ਜੈਗੁਆਰ, ਬਠਿੰਡਾ ਬੁਲਟ ਅਤੇ ਅੰਮ੍ਰਿਤਸਰ ਅਵੇਜ਼ਰ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਗੈਂਗ ਆਫ ਗਰਲਜ਼ ਦੀ ਟੀਮ ਨੇ ਪਹਿਲਾ ਅਤੇ ਕ੍ਰੇਜ਼ੀ ਕੈਟਸ ਨੇ ਦੂਜਾ ਸਥਾਨ ਹਾਸਲ ਕੀਤਾ। ਫਰੀਦਕੋਟ ਦੀ ਸੁਪਰ 7 ਸਪੋਰਟਸ ਸੋਸਾਇਟੀ ਵੱਲੋਂ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਸੁਪਰ 7 ਕਬੱਡੀ ਲੀਗ ਸੀਜ਼ਨ 3 ਵਿੱਚ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਸ਼ਾਮਲ ਹੋਈਆਂ। ਸੁਪਰ 7 ਸਪੋਰਟਸ ਅਤੇ ਕਲਚਰ ਸੋਸਾਇਟੀ ਉਹਨਾਂ ਸਰਕਾਰੀ ਅਧਿਆਪਕਾਂ ਦੀ ਸੰਸਥਾ ਹੈ ਜਿਨ੍ਹਾਂ ਨੇ ਪਹਿਲਾਂ ਖੇਡਾਂ ਦੇ ਦਮ 'ਤੇ ਹੀ ਨੌਕਰੀਆਂ ਲਈਆਂ ਅਤੇ ਹੁਣ ਉਹ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਨੇ। ਸੁਪਰ 7 ਦੇ ਪ੍ਰਧਾਨ ਅਮਨਪ੍ਰੀਤ ਸਿੰਘ ਮੱਲੀ ਅਤੇ ਸਕੱਤਰ ਬਲਕਰਨ ਸਿੰਘ ਰਮਾਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਪੂਰੇ ਪੰਜਾਬ ਵਿੱਚੋਂ ਖਿਡਾਰੀਆਂ ਅਤੇ ਖਿਡਾਰਨਾਂ ਦੀ ਚੋਣ ਕਰਕੇ ਟੀਮਾਂ ਬਣਾਈਆਂ ਅਤੇ ਉਹਨਾਂ ਦੀ ਪੂਰੀ ਤਿਆਰੀ ਕਰਵਾਈ। ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੀਆਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਜਾਪ ਸਿੰਘ ਸਿੱਖੂ, ਰਾਮ ਸਿੰਘ, ਲਾਲਜੀਤ ਸਿੰਘ, ਅੰਗਰੇਜ਼ ਸਿੰਘ, ਸਵਰਨ ਸਿੰਘ, ਸੁਖਵੀਰ ਸਿੰਘ, ਮੇਜਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਕੋਚ ਮਨਜੀਤ ਕੌਰ, ਸੁਖਰਾਜ ਕੌਰ ਅਤੇ ਗੈਰੀ ਸੰਧੂ ਨੇ ਸਾਰੀਆਂ ਟੀਮਾਂ ਦਾ ਲੇਖਾ ਜੋਖਾ ਰੱਖਣ ਦੀ ਜ਼ਿੰਮੇਵਾਰੀ ਨਿਭਾਈ।